ਹੈਲੋ ਦੋਸਤੋ, ਵੈਲਕਮ ਟੂ ਟਰੈਵਲ ਬਲੌਗਸ ਪੰਜਾਬੀ। ਅਤੇ ਅੱਜ ਦੀ ਵੀਡੀਓ ਵਿੱਚ ਸਾਨੂੰ ਸੈਰ ਕਰਾਵਾਂਗੇ ਸੂਮ ਸੈਂਟਰ ਦੀ, ਅਤੇ ਇਹਦੇ ਨਾਲ ਹੀ ਆਪਾਂ ਤੁਹਾਨੂੰ ਵਿਕਟਰੀ ਸਕੇਅਰ ਵੀ ਲੈ ਕੇ ਚੱਲਾਂਗੇ। ਅਤੇ ਸੂਮ ਸੈਂਟਰ ਦੀ ਸੈਰ ਕਰਨ ਤੋਂ ਪਹਿਲਾਂ ਰਸ਼ੀਅਨ ਮਿਊਜ਼ਿਕ ਹੋ ਜਾਏ ਥੋੜ੍ਹਾ ਜਿਹਾ। ਅਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੂਮ ਸੈਂਟਰ ਹੈ ਕੀ। ਸੂਮ ਸੈਂਟਰ ਨਾ ਇੱਥੇ ਦਾ ਸਭ ਤੋਂ ਵੱਡਾ ਮੌਲ ਆ। ਜਿਹੜਾ ਸਮਾਨ ਤੁਹਾਨੂੰ ਬਿਸ਼ਕੇਕ 'ਚ ਕਿਤੇ ਨਹੀਂ ਮਿਲਦਾ, ਉਹ ਤੁਸੀਂ ਸੂਮ ਸੈਂਟਰ 'ਚ ਜਾ ਕੇ ਲੈ ਸਕਦੇ ਹੋ। ਅਤੇ ਆਹ ਜਿਹੜੀ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹਾਂ, ਸੂਮ ਸੈਂਟਰ ਦੀ ਹੈ। ਅਤੇ ਤੁਸੀਂ ਇੱਥੇ ਬਾਹਰ ਆਰਾਮ ਨਾਲ ਘੁੰਮ ਫਿਰ ਸਕਦੇ ਹਾਂ। ਮਿਊਜ਼ਿਕ, ਕਈ ਵਾਰੀ ਮਿਊਜ਼ਿਕ ਦੀਆਂ ਪਾਰਟੀਜ਼ ਲੱਗੀਆਂ ਹੁੰਦੀਆਂ, ਉੱਥੇ ਉਹਨਾਂ ਦਾ ਆਨੰਦ ਮਾਣ ਸਕਦੇ ਹਾਂ ਅਤੇ ਘੁੰਮ ਫਿਰ ਕੇ ਅੰਦਰ ਸ਼ੋਪਿੰਗ ਕਰ ਸਕਦੇ ਹਾਂ। ਇਹ ਹੈ ਜੀ ਬਿਸ਼ਕੇਕ ਦਾ ਵਿਕਟਰੀ ਸਕੁਅਰ। ਸੂਮ ਸੈਂਟਰ ਤੋਂ ਲਗਭਗ 5 ਮਿੰਟ ਦੀ ਵਾਕਿੰਗ ਡਿਸਟੈਂਸ, ਉਹਦੇ ਬਿਲਕੁਲ ਬੈਕ ਸਾਈਡ ਪੈਂਦਾ ਆ ਵਿਕਟਰੀ ਸਕੁਅਰ। ਅਤੇ ਇਹ ਵੀ ਬਹੁਤ ਵਧੀਆ ਦੇਖਣ ਵਾਲੀ ਜਗ੍ਹਾ ਹੈ। ਅਤੇ ਜਦੋਂ ਤੁਸੀਂ ਕਿਤੇ ਸੂਮ ਸੈਂਟਰ ਆਉਂਦੇ ਆ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਤੁਸੀਂ ਇੱਥੇ ਵਿਕਟਰੀ ਸਕੁਅਰ ਜ਼ਰੂਰ ਆਓ। ਅਤੇ ਇਹਦੇ ਨਾਲ ਹੀ ਇਹ ਤੋਂ ਥੋੜ੍ਹੀ ਦੂਰ ਹੀ 5-10 ਮਿੰਟ ਦੀ ਵਾਕਿੰਗ ਡਿਸਟੈਂਸ 'ਤੇ ਸਾਨੂੰ ਸੈਂਟਰਲ ਮੋਸਕੋ ਬਿਸ਼ਕੇਕ, ਜਿਹਦਾ ਕਿ ਆਉਣ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਊਂਗਾ। ਅਤੇ ਸੈਂਟਰਲ ਮੋਸਕੋ ਬਿਸ਼ਕੇਕ ਵੀ ਬਹੁਤ ਵਧੀਆ ਦੇਖਣ ਵਾਲੀ ਜਗ੍ਹਾ ਹੈ। ਅਤੇ ਇਹ ਹੈਗਾ ਜੀ ਵਿਕਟਰੀ ਸਕੁਅਰ। ਵੀਡੀਓ ਸ਼ੂਟ ਦੇ ਦੌਰਾਨ ਨਾ ਉੱਥੇ ਹਵਾ ਬਹੁਤ ਵਗ ਰਹੀ ਸੀ, ਅਤੇ ਸ਼ਾਇਦ ਤੁਹਾਨੂੰ ਡਿਸਟਰਬੈਂਸ ਹੋਏ ਸੁਣਨ ਦੇ ਵਿੱਚ, ਉਹਦੇ ਲਈ ਸੌਰੀ ਹੈ। ਅਤੇ ਹੁਣ ਦੇਖੋ ਜੀ ਤੁਸੀਂ ਕਿਰਗਿਜ਼ ਕ੍ਰਿਸ਼ ਨੂੰ। ਰਿਹਰਸਲ ਖਤਮ ਹੋਣ ਤੋਂ ਬਾਅਦ ਅਸੀਂ ਹੈਰਾਨ ਤਾਂ ਉਦੋਂ ਹੋਏ ਜਦੋਂ ਕਿਰਗਿਜ਼ ਆਰਮੀ ਦੇ ਬੈਂਡ ਨੇ ਨਾ ਇੰਡੀਅਨ ਨੈਸ਼ਨਲ ਐਂਥਮ ਜਨ ਗਨ ਮਨ ਦੀ ਧੁਨ ਵਜਾਈ। ਅਤੇ ਸਾਨੂੰ ਬੜੀ ਹੈਰਾਨੀ ਹੋਈ ਕਿ ਕਿਰਗਿਜ਼ ਬੈਂਡ ਇਹ ਕਿੱਦਾਂ ਵਜਾ ਸਕਦਾ। ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਇੰਡੀਅਨ ਅੰਬੈਸੀ ਦੇ ਵਿੱਚ ਇਹ ਧੁਨ ਪਲੇ ਕਰਦੇ ਹਾਂ ਜਾ ਕੇ, ਅਤੇ ਸਾਨੂੰ ਲੱਗਿਆ ਕਿ ਤੁਸੀਂ ਇੰਡੀਅਨ ਆ ਅਤੇ ਤੁਹਾਨੂੰ ਦੇਖ ਕੇ ਅਸੀਂ ਵਜਾਈ। ਅਤੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਉੱਥੇ ਇੰਡੀਅਨ ਹੋਣ 'ਤੇ। ਅਤੇ ਦੋਸਤੋ, ਥੈਂਕ ਯੂ ਫੋਰ ਵਾਚਿੰਗ।